ਨਾਨਕ ਧੰਨ ਗੁਰੂ 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 ਨਾਨਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਸਚ ਨਾਨਕ ਹੋਸੀ ਪੀ ਸਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕਾ ਸ਼ਬਦਮ ਮੰਤਰ ਮਨ ਮਾਣ ਗੁਰ ਕੈ ਚਰਨ ਹਿਰਦੇ ਲੈ ਤਾਰੋ ਗੁਰੂ ਪਾਰ ਬ੍ਰਹਮ ਸਦਾ ਨਮਸਕਾਰ। ਇਹ ਗੁਰੂ ਸਾਹਿਬ ਨੇ ਮਾਰਗ ਦੱਸਿਆ ਹੈ, ਰਸਤਾ ਦੱਸਿਆ ਹੈ। ਪੜਿਓ ਮੁੜ ਤੋਂ ਲੈ ਕੇ ਸਾਰੀਆਂ ਪੰਕਤੀਆਂ। ਗੁਰ ਕੀ ਮੂਰਤ ਮਨ ਮਹਿ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਣ। ਗੁਰੂ ਦੀ ਮੂਰਤ ਦਾ ਮਨ ਵਿੱਚ ਧਿਆਨ ਕਰ ਲਓ, ਆਪਣੇ ਗੁਰਾਂ ਦੀ ਮੂਰਤ ਆਪਦੇ ਮਨ 'ਚ ਉਤਾਰ ਲਓ। ਉੱਧਰ ਵੀ ਆਇਓ ਸਾਰੇ, ਆਪਣੇ ਆਪ ਹੀ ਬਹਿ ਜਾ ਕਰੋ, ਕੁਛ ਕਹਿਣ ਦੀ ਲੋੜ ਨਹੀਂ ਹੁੰਦੀ, ਸਾਹਮਣੇ ਆ ਜਾਓ ਸਾਰੇ, ਬੈਠਿਆ ਕਰੋ ਸਾਹਮਣੇ ਬੈਠਿਆ ਕਰੋ, ਇੱਧਰ ਹੋ ਜਾਓ ਭਾਈ। ਸਤਿਗੁਰ ਸੁਰ ਲਾਓ, ਸਤਿਗੁਰ ਧਿਆਨ ਤਰਾ ਜੀ ਮਨ ਮੇ, ਸਤਿਗੁਰ ਧਿਆਨ ਤਰਾ, ਸਤਿਗੁਰ ਧਿਆਨ ਤਰਾ ਮਨ ਮੇ, ਸਤਿਗੁਰ ਧਿਆਨ ਤਰਾ, ਸਤਿਗੁਰ ਧਿਆਨ ਤਰਾ।
ਵਨ ਮੈਂ ਸਤਿਗੁਰ ਧਿਆਨ ਤਰਾ, ਸਤਿਗੁਰ ਧਿਆਨ ਤਰਾ, ਵਨ ਮੈਂ ਸਤਿਗੁਰ ਧਿਆਨ ਤਰਾ, ਸਤਿਗੁਰ ਧਿਆਨ ਤਰਾ, ਵਨ ਮੈਂ ਸਤਿਗੁਰ ਧਿਆਨ ਤਰਾ, ਸਤਿਗੁਰ ਧਿਆਨ ਤਰਾ, ਵਨ ਮੈਂ ਸਤਿਗੁਰ ਧਿਆਨ ਤਰਾ, ਧੰਨ ਗੁਰੂ ਅਮਰਦਾਸ ਜੀ ਨੇ ਆਪਣੇ ਜਵਾਈ ਜੇਠੇ ਦੀ, ਜਿਨ੍ਹਾਂ ਦਾ ਨਾਮ ਗੁਰੂ ਰਾਮਦਾਸ ਬਣਿਆ, ਜੇਠੇ ਦੀ ਡਿਊਟੀ ਲਾਈ ਲਾਹੌਰ ਦੇ ਵਿੱਚ, ਦੁਨਿਆਵੀ ਕਾਰਜ ਸੀ, ਪੂਰਾ ਹੋਣ ਤੋਂ ਬਾਅਦ ਲਾਹੌਰ ਸ਼ਹਿਰ ਦੇ ਵਿੱਚ ਭਾਈ ਜੇਠਾ ਜੀ ਧੰਨ ਗੁਰੂ ਰਾਮਦਾਸ ਬਾਜ਼ਾਰ ਦੇ ਵਿੱਚ ਦੀ ਗੁਜ਼ਰ ਰਹੇ ਨੇ, ਕੱਪੜੇ ਦੀ ਦੁਕਾਨ ਆਈ, ਮਨ ਗੁਰੂ ਦੇ ਨਾਲ ਜੁੜਿਆ ਹੋਇਆ, ਜਿੰਨੀ ਸੇਵਾ ਕੀਤੀ ਹੈ ਗੁਰੂ ਦੇ ਚਰਨ ਹਿਰਦੇ 'ਚ ਵਸਾਏ ਨੇ, ਗੁਰ ਕੇ ਚਰਨ ਹਿਰਦੇ ਵਸਾਏ, ਮਨ ਇੱਛੇ ਸਹੀ ਪੜ ਪਾਰ, ਚਰਨ ਹਿਰਦੇ ਵਸਾਏ, ਪੜ ਪਾਏ, ਚਰਨ ਹਿਰਦੇ ਵਸਾਏ, ਮਨ ਇੱਛੇ ਪੜ ਪਾਏ, ਹਿਰਦੇ ਵਸਾਏ, ਬਸ ਇੰਨੀ ਕੁ ਸਾਧਨਾ ਹੈ, ਨਾ ਕੋਈ ਜੋਤਾ, ਨਾ ਕੋਈ ਪ੍ਰਕਾਸ਼, ਨਾ ਕੋਈ ਹੋਰ ਖਿਆਲ, ਗੁਰੂ ਦੇ ਚਰਨ ਹਿਰਦੇ 'ਚ ਵਸਾ ਲੈਣੇ, ਗੁਰੂ ਦੇ ਕੋਲ ਮਨ ਛੇ ਫਲ ਪ੍ਰਾਪਤ ਕਰ ਲੈਣੇ ਆ, ਚਰਨਾਂ ਦਾ ਧਿਆਨ ਧਰਨਾ ਸਭ ਤੋਂ ਸੌਖਾ ਰਸਤਾ, ਜਿਵੇਂ ਬੱਚੇ ਦਾ ਮਾਂ ਪਿਓ ਨਾਲ ਮੋਹ ਪੈ ਜਾਂਦਾ, ਪਤੀ ਪਤਨੀ ਦਾ ਮੋਹ ਪੈ ਜਾਂਦਾ, ਮਿੱਤਰ ਮਿੱਤਰ ਦਾ ਮੋਹ ਪੈ ਜਾਂਦਾ, ਇਵੇਂ ਸਤਿਗੁਰੂ ਦਾ ਮੋਹ ਪੈ ਜਾਂਦਾ। ਸਤਿਗੁਰੂ ਨਾਲ ਮਨ ਛੇਤੀ ਜੁੜਦਾ ਹੈ, ਹੋਰ ਜੋੜਨਾ ਪੈਂਦਾ ਹੈ,
ਹੋਰ ਥਾਈ ਜੋੜਨਾ ਪਏਗਾ, ਯਤਨ ਕਰਨੇ ਪੈਣਗੇ। ਇਹ ਸੁਭਾਵਕ ਹੀ ਜੁੜ ਜਾਂਦਾ। ਹੁਣ ਗੁਰੂ ਰਾਮਦਾਸ ਭਾਈ ਜੇਠਾ ਜੀ ਗੁਰੂ ਅਮਰਦਾਸ ਕੋਲ ਰਹਿੰਦੇ ਆ, ਸੇਵਾ ਕਰਦੇ ਆ, ਭਾਵਨਾ ਪ੍ਰਪੱਖ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੋਤ ਸਰੂਪ ਹਿਰਦੇ 'ਚ ਵਸਿਆ ਹੋਇਆ। ਕੱਪੜੇ ਦੀ ਦੁਕਾਨ ਦੇ ਉੱਤੇ ਖੜ੍ਹੇ ਦੇਖਦੇ ਵੀ ਬੜਾ ਸੋਹਣਾ ਕੱਪੜਾ, ਇਹ ਗੁਰੂ ਅਮਰਦਾਸ ਮਹਾਰਾਜ ਜੀ ਝੋਲਾ ਪਾਉਣਗੇ ਉਹਨਾਂ ਨੂੰ ਕਿੰਨਾ ਸੋਹਣਾ ਲੱਗੇਗਾ। ਦੁਕਾਨ ਦੇ ਅੱਗੇ ਹੀ ਖੜ੍ਹੇ ਹੋਏ ਵਿਚਾਰਾਂ ਕਰਦੇ ਨੇ, ਪਰ ਆਪਣੀ ਜੇਬ ਵੱਲ ਵੇਖਿਆ ਉਹਨੀ ਕੀਮਤ ਨਹੀਂ ਹੈਗੀ ਸੀ, ਉਸ ਕੱਪੜੇ ਨੂੰ ਲੈਣ ਦੇ ਪੈਸੇ ਨਹੀਂ ਹੈਗੇ ਸੀ। ਮਨ ਬਣ ਗਿਆ ਮੈਂ ਇਹਦਾ ਝੋਲਾ ਗੁਰੂ ਅਮਰਦਾਸ ਪਾਉਣ, ਬਣਾ ਕੇ ਲੈ ਕੇ ਜਾਵਾਂ। ਪਰ ਜਦੋਂ ਉਸ ਕੱਪੜੇ ਦੀ ਕੀਮਤ ਪੁੱਛੀ, ਪਰ ਉਹ ਕੀਮਤ ਹੈ ਨਹੀਂ ਸੀ ਕੋਲ, ਦੁਕਾਨ ਦੇ ਅੱਗੇ ਖੜ੍ਹੇ ਹੋਏ ਉਸ ਕੱਪੜੇ ਵੱਲ ਵੇਖੀ ਜਾਂਦੇ ਆ। ਉੱਥੇ ਦਰਜੀ ਵੀ ਬੈਠਾ ਹੈ ਕੱਪੜੇ ਸਿਉਣ ਵਾਲਾ। ਮਨ ਵਿੱਚ ਗੁਰੂ ਸਾਹਿਬ ਦਾ ਧਿਆਨ ਧਰ ਲਿਆ, ਗੁਰੂ ਪਿਤਾ ਦਾ। ਬੜੀ ਸੌਖੀ ਭਗਤੀ ਹੈ, ਬੜਾ ਸਹਿਜ ਮਾਰਗ ਹੈ। ਜਿੰਨੇ ਸਿੱਖ ਗੁਰੂ ਅਮਰਦਾਸ ਦੇ ਕੋਲ ਨੇ, ਸਾਰਿਆਂ ਦੇ ਹਿਰਦੇ 'ਚ ਗੁਰੂ ਅਮਰਦਾਸ ਵੱਸਦੇ ਹੈ। ਘਰਾਂ ਨੂੰ ਜਾਂਦੇ ਆ ਅਤੇ ਗੁਰੂ ਨੂੰ ਚਿੱਤ 'ਚ ਰੱਖਦੇ ਆ। ਗੁਰੂ ਦੇ ਕੋਲ ਆਉਂਦੇ ਆ ਅਤੇ ਘਰ ਚੇਤੇ ਨਹੀਂ ਆਉਂਦਾ, ਗੁਰੂ ਹੀ ਚੇਤੇ ਆਉਂਦੇ ਆ। ਇਹ ਗੁਰੂ ਨਾਨਕ ਦੇ ਘਰ ਦਾ ਸਭ ਤੋਂ ਸੌਖਾ ਸਹਿਜ ਯੋਗ ਭਗਤੀ ਯੋਗ ਗੁਰੂ ਅਮਰਦਾਸ ਜੀ ਦੇ ਸਿੱਖ। ਉਹਨਾਂ ਨੂੰ ਕੋਈ ਮੂਰਤਾਂ ਬਣਾਉਣ ਦੀ ਲੋੜ ਨਹੀਂ, ਕੋਈ ਧਿਆਨ ਧਰਨ ਦੀ ਲੋੜ ਨਹੀਂ, ਸੁਭਾਵਕ ਹੀ ਗੁਰੂ ਰਾਮਦਾਸ ਦੇ ਸਿੱਖ। ਉਹਨਾਂ ਦੇ ਮਨ 'ਚ ਗੁਰੂ ਰਾਮਦਾਸ ਵੱਸੇ ਹੋਏ ਆ। ਮਨ ਦੇ ਵਿੱਚ ਗਿਣਤੀ ਮਾਰ ਕੇ, ਮਨ ਨੇਤਰ ਬੰਨਦੇ ਖੜ੍ਹੇ ਇੱਕ ਸਾਈਡ 'ਤੇ, ਨਾਮ ਹੀ ਬੰਦ ਹੋਣ, ਕੋਈ ਲੋੜ ਕਰਨ ਦੀ ਲੋੜ ਨਹੀਂ, ਸੁਰਤ ਜੁੜ ਜਾਂਦੀ ਹੈ। ਜ਼ਰੂਰੀ ਨਹੀਂ ਕਿ ਨੇਤਰ ਬੰਦ ਹੋਣਗੇ ਅਤੇ ਗੁਰੂ ਦਾ ਧਿਆਨ ਜੁੜੇਗਾ। ਨੇਤਰ ਖੁੱਲ੍ਹਿਆ ਤੇ ਕਿਸੇ ਪਾਸੇ ਲਿਵ ਲੱਗੀ ਹੋਵੇ, ਕੋਈ ਕੋਲੋਂ ਲੰਘ ਜੇ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਮੈਂ ਧਿਆਨ ਨਹੀਂ ਦਿੱਤਾ। ਗੱਲ ਕਰੇ ਸੁਣਦੀ ਨਹੀਂ ਵੀ ਮੈਂ ਖਿਆਲ ਨਹੀਂ ਕੀਤਾ, ਮੇਰਾ ਹੋਰ ਪਾਸੇ ਸੁਰਤ ਲੱਗੀ ਹੋਈ ਸੀ। ਬਸ ਸੁਰਤ ਗੁਰੂ ਦੇ ਚਰਨਾਂ 'ਚ ਲੱਗ ਜੇ, ਗੁਰ ਕੇ ਚਰਨ ਬਸੇ ਰਿਦ ਪੀਤਰ, ਸਭ ਲੱਖਣ ਪ੍ਰਭ ਕੀਨੇ।
ਗੁਰੂ ਦੇ ਚਰਨਾਂ ਦੀ ਧਿਆਨ, ਗੁਰੂ ਦੇ ਚਰਨਾਂ ਦਾ ਹਿਰਦੇ 'ਚ ਵਸਾਉਣਾ, ਗੁਰੂ ਅਮਰਦਾਸ ਜੀ ਦਾ ਧਿਆਨ ਹੀ। ਉਹਨਾਂ ਕੱਪੜਾ ਪੜਵਾ ਲਿਆ, ਪਰ ਨਾ ਕੱਪੜਾ ਪੜਵਾਇਆ, ਦਰਜੀ ਨੂੰ ਕਹਿਣ ਲੱਗੇ ਸੁਰਤ ਜੋੜ ਕੇ ਚੋੜਾ ਬਣਾ ਦੇ। ਮਿੰਟੋ ਮਿੰਟ ਬਣ ਰਿਹਾ ਚੋੜਾ, ਮਿੰਟੋ ਮਿੰਟ ਕੱਪੜਾ ਪੜਵਾਇਆ ਜਾ ਰਿਹਾ। ਹੁਣ ਚੋੜਾ ਤਿਆਰ ਵੀ ਹੋ ਗਿਆ। ਕਿਹਾ ਕਿੰਨਾ ਸੋਹਣਾ ਲੱਗਦਾ, ਗੁਰੂ ਅਮਰਦਾਸ ਮਹਾਰਾਜ ਪਾਉਣਗੇ ਕਿੰਨਾ ਸੋਹਣਾ। ਚੋੜਾ ਪਾਇਆ ਗੁਰੂ ਅਮਰਦਾਸ ਮਨ ਜੁੜੀਏ, ਪਰ ਝੂਠ ਨਹੀਂ। ਇੱਧਰ ਲਾਹੌਰ ਦਾ ਬਾਜ਼ਾਰ ਏ, ਉੱਧਰ ਗੋਬਿੰਦਵਾਲ ਏ, ਉੱਧਰ ਗੁਰੂ ਅਮਰਦਾਸ ਜੀ ਚੋਲੇ ਦੇ ਵੱਟ ਕੱਢਦੇ ਨੇ ਅਤੇ ਚੋਲੇ ਕਹਿੰਦੇ ਵੀ ਬੜਾ ਸੋਹਣਾ ਏ, ਬੜਾ ਸੋਹਣਾ ਲੱਗਦਾ, ਬੜਾ ਵਧੀਆ ਕੱਪੜਾ। ਸੇਵਾਦਾਰ ਪੁੱਛਦਾ ਏ ਕਿ ਮਹਾਰਾਜ ਜੀ ਚੋਲਾ ਤਾਂ ਉਹ ਹੀ ਜਿਹੜਾ ਪਹਿਲਾਂ ਤੁਸੀਂ ਪਾਉਂਦੇ ਜੀ, ਇਹ ਜਿਹੜੀ ਤੁਸੀਂ ਚੋਲਿਆਂ ਨੂੰ ਵੇਖ ਰਹੇ ਜੇ, ਪਾ ਰਹੇ ਜੇ, ਵੱਟ ਕੱਢ ਰਹੇ ਜੇ, ਕੋਈ ਕਾਰਨ ਜ਼ਰੂਰ ਹੈ, ਸਮਤ ਬਖਸ਼ੋ। ਗੁਰੂ ਸਾਹਿਬ ਕਹਿੰਦੇ ਜੇਠਾ ਲਾਹੌਰ ਦੇ ਬਾਜ਼ਾਰ 'ਚ ਖੜ੍ਹਾ ਸਾਨੂੰ ਚੋਲਾ ਪਵਾ ਰਿਹਾ। ਆਇਆ ਨਹੀਂ ਚੋਲਾ, ਬਣਾਇਆ ਨਹੀਂ, ਕਟਾਇਆ ਨਹੀਂ ਕੱਪੜਾ, ਸੀਤਾ ਨਹੀਂ, ਬਸ ਭਾਵਨਾ ਹੀ ਕਿ ਗੁਰੂ ਸਾਹਿਬ ਦੇ ਬੜਾ ਸੋਹਣਾ ਲੱਗਦਾ, ਬੜਾ ਸੁੰਦਰ। ਅਣਮੜਿਆ ਮੰਦਲ ਬਾਜੇ, ਬਿਨ ਘਣ ਹਰ ਬੂੰਦ ਗਾਜੇ। ਮਨ ਜੋੜ ਲਿਆ, ਇੱਕ ਪਾਸੇ ਰੁਮਾਲੇ ਚੜ੍ਹਾਏ ਆ ਗੁਰੂ ਸਾਹਿਬ ਦੇ, ਪੂਰਾ ਲੱਖ, ਦੋ ਲੱਖ, ਪੰਜ, ਸੱਤ ਲੱਖ ਰੁਪਈਆ ਲਾਇਆ ਹੈ। ਬੜਾ ਸੋਹਣਾ ਗੁਰੂ ਰਾਮਦਾਸ ਦਾ ਚਾਨੀ ਬਣਾਈ, ਰੁਮਾਲੇ ਚਾਰ ਪੰਜ ਬਣਾਏ ਨੇ, ਬੜੀ ਕਢਾਈ ਕਰਾਈ, ਕਮੇਟੀ ਤੋਂ ਟਾਈਮ ਲਿਆ ਹੈ, ਦਿਨ ਮਿਲ ਗਿਆ ਹੈ। ਗੁਰੂ ਦਰਬਾਰ ਦੇ ਵਿੱਚ ਰੁਮਾਲੇ ਚੜ੍ਹ ਗਏ ਆ, ਚਾਨੀਆਂ ਲੱਗ ਗਈਆਂ, ਕੁਝ ਮਾਇਆ ਦਾ ਰਸ ਆ ਰਿਹਾ, ਮਾਇਆ ਦਾ ਆਨੰਦ ਆ ਰਿਹਾ ਕਿ ਮੈਂ ਰੁਮਾਲੇ ਚੜ੍ਹਾ ਦੇ। ਗੁਰਸਾਹਿਬ ਹੋ ਸਕਦਾ ਪ੍ਰਵਾਨ ਨਾ ਕਰ, ਭਾਵਨਾ ਵਾਲਿਆਂ ਦੇ ਪ੍ਰਵਾਨ ਹੁੰਦੇ ਆ, ਦੂਜਿਆਂ ਦੇ ਟਰੱਕਾਂ ਦੇ ਟਰੱਕ ਰੁਮਾਲੇ ਚੜ੍ਹਦੇ ਆ। ਕਿਸੇ ਦੀ ਕੋਈ ਸੁਖਣਾ ਹੈ, ਕਿਸੇ ਦੀ ਕੋਈ ਮੰਗ ਹੈ, ਕਿਸੇ ਦੀ ਕੋਈ ਹਉਮੈ ਆ। ਆਮ ਬੁੱਧ ਵਾਲੀ ਸੇਵਾ ਪ੍ਰਵਾਨ ਨਹੀਂ ਹੁੰਦੀ, ਕਿਸੇ ਦੀ ਭਾਵਨਾ ਹੈਗੀ। ਮੈਂ ਅੰਮ੍ਰਿਤਸਰ ਦਰਸ਼ਨ ਕਰਨ ਗਿਆ,
ਤੇ ਜਦੋਂ ਦਰਸ਼ਨ ਕਰਕੇ ਪਿਛਲੇ ਪਾਸੇ ਦੀ ਗਿਆ ਉਦੋਂ ਕੋਈ ਮਾਇਆ ਉਧਰੋਂ ਦੀ ਚੜਾਓ ਪਿੱਛੋਂ ਦੀ, ਜਿਹੜੇ ਹਜ਼ੂਰੀ 'ਚ ਗ੍ਰੰਥੀ ਸਿੰਘ ਬੈਠੇ ਹੁੰਦੇ ਸੀ ਉਹ ਸਰੋਪਾ ਵੀ ਦੇ ਦਿੰਦੇ ਸੀ, ਵਿੱਚੇ ਹੀ ਪ੍ਰਸ਼ਾਦ ਹੁੰਦਾ ਸੀ ਉੱਥੋਂ ਦੇ ਦਿੰਦੇ ਸੀ, ਸਾਹਮਣੇ ਮੱਥਾ ਟੇਕੋ, ਕੋਈ ਮਾਇਆ ਵੱਧ ਟੇਕੋ, ਕਈ ਵਾਰੀ ਸਾਹਮਣੇ ਉਹ ਦੇ ਦਿੰਦੇ ਆ। ਮੈਂ ਪਿਛਲੇ ਪਾਸੇ ਦੀ ਗਿਆ, ਮੇਰੇ ਤੋਂ ਪਹਿਲੇ ਵਾਲੇ ਨੇ ਮਾਇਆ ਕੱਢੀ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਰੱਖੀ, ਗ੍ਰੰਥੀ ਸਿੰਘ ਨੇ ਉਹ ਸਿਰੋਂ ਪਾਓ ਵਿੱਚੇ ਪ੍ਰਸ਼ਾਦ ਵਾਲਾ ਪੈਕਟ ਫੜਾ ਦਿੱਤਾ। ਪ੍ਰਬੰਧਕਾਂ ਨੇ ਉਸ ਸਮੇਂ ਡਿਊਟੀ ਲਾਈ ਹੋਈ ਸੀ, ਭਾਈ ਜਿਹੜਾ ਕੋਈ ਗੁਰੂ ਰਾਮਦਾਸ ਦੇ ਵੱਧ ਮਾਇਆ ਦਿੰਦਾ ਹੈ ਉਹਦਾ ਮਾਣ ਕੀਤਾ ਜਾ, ਸਾਹਮਣੇ ਵੀ ਕਰਦੇ ਸੀ ਪਿੱਛੋਂ ਵੀ। ਫਿਰ ਡਿਊਟੀਆਂ ਨੇਮ ਨਿਯਮ ਬਦਲਦੇ ਰਹਿੰਦੇ ਨੇ ਦਿਨੋ ਦਿਨ। ਜਦੋਂ ਮੈਂ ਜੇਬ 'ਚ ਦੇਖਿਆ ਮਾਇਆ ਨਹੀਂ ਸੀ, ਦਿਲ ਕਰਦਾ ਸੀ ਸਰੋਪਾ ਲਈਏ, ਤਾਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਏ। ਇੱਕ ਗੁਰਮੁਖ ਬੈਠਾ ਸੀ ਨਾਲ ਹੀ, ਚਿੱਟੇ ਉਹਨੇ ਬਸਤਰ ਪਾਏ, ਸ਼ਾਇਦ ਹਰਭਜਨ ਸਿੰਘ ਜੋਗੀ ਸੀ, ਉਹ ਬੈਠੇ ਸਨ ਗ੍ਰੰਥੀ ਸਿੰਘ ਦੇ ਪਿੱਛੇ ਹੀ ਜੰਗਲੇ ਦੇ ਨਾਲ। ਅਤੇ ਮੈਂ ਜੇਬ 'ਚ ਹੱਥ ਮਾਰਿਆ ਅਤੇ ਪੈਸੇ ਨਹੀਂ ਸੀ, ਮਨ 'ਚ ਆਇਆ ਕਿ ਮਾਇਆ ਰੱਖਾਂ ਸਰੋਪਾ ਲਵਾਂ। ਜੋਗੀ ਜੀ ਨੇ ਆਪਣੇ ਜੇਬ 'ਚੋਂ ਹੱਥ ਮਾਰ ਕੇ ਮਾਇਆ ਕੱਢੀ ਅਤੇ ਮੈਨੂੰ ਫੜਾ ਦਿੱਤੀ, ਮੈਂ ਉਹ ਮੱਥਾ ਟੇਕਦਾ, ਗ੍ਰੰਥੀ ਸਿੰਘ ਨੇ ਸਰੋਪਾ ਦੇਤਾ। ਭਾਵਨਾ ਨਾਲ ਜੁੜ ਜਾਂਦੇ ਗੁਰੂ ਸਾਹਿਬ ਦੇ ਨਾਲ ਮਨ ਜੁੜ ਜਾਂਦਾ ਹੈ ਅਤੇ ਆਸ ਵੀ ਪੂਰੀ ਹੋ ਜਾਂਦੀ ਹੈ। ਕਹਿੰਦੇ ਪੂਰੀ ਆਸ ਹੋਵੇ ਤਾਂ ਵਿਸ਼ਵਾਸ ਵੀ ਵੱਧਦਾ ਹੈ। ਹੁਣ ਮੈਂ ਅੰਦਰ ਜਾਣ ਜੋਗਾ ਨਹੀਂ, ਗੁਰੂ ਰਾਮਦਾਸ ਦੇ ਦਰਬਾਰ 'ਚ ਪਾਰਾ ਸਰੀਰ ਕਰਕੇ ਵੀਲ ਚੇਅਰ 'ਤੇ ਗਏ, ਅਰਦਾਸ ਹੋਈ ਅਤੇ ਬੈਠੇ ਨਹੀਂ, ਅਰਦਾਸ ਦੇ ਵਿੱਚ ਹਾਜ਼ਰੀ ਲਵਾਈ, ਹੁਕਮਨਾਮਾ ਹੋਇਆ। ਮਨ 'ਚ ਆਇਆ ਵੀ ਗੁਰੂ ਰਾਮਦਾਸ ਦੇ ਦਰਬਾਰ 'ਚੋਂ ਪ੍ਰਸ਼ਾਦ ਲੈਣਾ ਸੀ। ਅੰਦਰ ਜਾਂਦੇ ਪ੍ਰਸ਼ਾਦ ਲੈਂਦੇ, ਦਰਸ਼ਨ ਕਰਦੇ, ਉੱਥੇ ਬੈਠੇ ਸੀ, ਮਨ ਗੁਰੂ ਨਾਲ ਲੱਗਿਆ ਹੋਇਆ ਸੀ। ਅਤੇ ਜਦੋਂ ਅਰਦਾਸ ਤੋਂ ਬਾਅਦ ਮੱਥਾ ਟੇਕਿਆ, ਜਿੱਥੇ ਬੈਠੇ ਹੋਏ ਸੀ ਉੱਥੇ ਹੀ ਸਾਹਮਣੇ ਬਦਾਮ ਦੀ ਗਿਰੀ, ਇੱਕ ਸੀ ਕਿ ਦੋ ਸੀ, ਬਦਾਮ ਦੀਆਂ ਗਿਰੀਆਂ ਮੇਰੇ ਅੱਗੇ ਆ ਗਈਆਂ। ਮੈਂ ਕਿਹਾ ਗੁਰੂ ਸਾਹਿਬ ਨੇ ਇੱਥੇ ਪ੍ਰਸ਼ਾਦ ਭੇਜ ਦਿੱਤਾ। ਮਨ ਗੁਰੂ ਦੇ ਚਰਨਾਂ 'ਚ ਦਿਓ, ਗੁਰੂ ਦੇ ਚਰਨਾਂ 'ਚ ਭੇਟ ਕਰੋ, ਗੁਰੂ ਨੂੰ ਪ੍ਰਤੱਖ ਮੰਨਿਆ ਗਿਆ, ਗੁਰੂ ਨੂੰ ਪ੍ਰਗਟ ਮੰਨਿਆ ਗਿਆ।
ਗੁਰੂ ਜਾਣੀ ਜਾਣਦੇ ਹੈ, ਗੁਰੂ ਸਾਹਿਬ ਦੇ ਹਿਰਦੇ ਕੋਈ ਵੀ ਭਾਵਨਾ ਨਾਲ ਗੁਰੂ ਸਾਹਿਬ ਦੀ ਸੇਵਾ ਕਰੋ, ਸਤਿਗੁਰੂ ਭਾਵਨਾ ਪੂਰੀਆਂ ਕਰਦੇ ਆ। ਸਤਿਗੁਰੂ ਦਾਤਾ ਸਭਨਾ ਵੱਥੂ ਕਾ, ਸਾਰੀਆਂ ਵਸਤੂਆਂ ਦਾ ਗੁਰੂ ਸਾਹਿਬ ਦਾਤਾ ਹੈ। ਜੇਠਾ ਜੀ ਨੇ ਚੋਲਾ ਪਰਵਾ ਲਿਆ, ਕੱਪੜਾ ਮਿੰਟਾਂ 'ਚ ਹੀ ਬਣ ਗਿਆ। ਗੁਰੂ ਅਮਰਦਾਸ ਦੇ ਗਲ 'ਚ ਪਵਾ ਕੇ ਕਹਿੰਦੇ ਸੋਹਣਾ ਬੜਾ ਲੱਗਦਾ, ਬੜਾ ਸੋਹਣਾ ਲੱਗਦਾ। ਕੁਝ ਮਿੰਟ ਖੜ੍ਹੇ ਰਹੇ, ਮਨ ਗੁਰੂ ਅਮਰਦਾਸ ਜੀ ਨਾਲ ਲੱਗਿਆ ਹੋਇਆ। ਇਹ ਇਤਿਹਾਸਕ ਸਾਖੀ ਹੈ ਕਿ ਗੁਰੂ ਸਾਹਿਬ ਨੇ ਆਪਣਾ ਚੋਲਾ ਉੱਥੇ ਪ੍ਰਵਾਨ ਕੀਤਾ ਹੈ। ਨਾ ਉਹ ਚੋਲਾ ਲੈ ਕੇ ਗਏ ਆ, ਨਾ ਉਹਨਾਂ ਨੇ ਪਵਾਇਆ ਹੈ, ਪਰ ਪ੍ਰਵਾਨ ਹੋ ਗਿਆ ਹੈ। ਇਹ ਤਾਂ ਲਾਹੌਰ ਅਤੇ ਗੋਬਿੰਦਵਾਲ ਦੀ ਵੇਥੇ ਨਾ। ਅੱਜ ਅਸੀਂ ਗੁਰੂ ਨੂੰ ਚੇਤੇ ਕਰਦੇ ਹਾਂ, ਭਾਵਨਾ ਬਣਾਉਂਦੇ ਹਾਂ, ਇਸਦਾ ਮਤਲਬ ਇਹ ਵੀ ਤੂੰ ਮੰਨ ਲਾ ਗੁਰੂ ਤੇਰੀ ਸੇਵਾ ਪ੍ਰਵਾਨ ਕਰਨਗੇ, ਰੀਝ ਲਾ ਗੁਰੂ ਤੇ। ਗੁਰੂ ਸਾਹਿਬ ਪ੍ਰਵਾਨ ਕਰ ਲੈਂਦੇ ਨੇ। ਜਿਹੜੇ ਜਿੱਥੇ ਵੀ ਠਾਠ ਬਣਾਈਦਾ ਸੀ ਗੁਰੂ ਦਾ ਸੱਚਖੰਡ ਦਾ ਕਮਰਾ, ਫਿਰ ਇੱਕ ਸੁਖਮਨੀ ਸਾਹਿਬ ਵਾਸਤੇ, ਫਿਰ ਇੱਕ ਕਮਰਾ ਬਣਾਉਣਾ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵਾਸਤੇ। ਜਦੋਂ ਫਿਰ ਬਾਬਾ ਜੀ ਉਸ ਕਮਰੇ 'ਚ ਆਉਂਦੇ ਸੀ, ਚਰਨ ਪਾਉਂਦੇ ਸੀ, ਬੈਠਦੇ ਸੀ, ਅਤੇ ਮਨ ਦੀਆਂ ਰੀਝਾਂ ਪੂਰੀਆਂ ਹੋ ਜਾਂਦੀਆਂ ਸੀ ਕਿ ਗੁਰ ਪੂਰੇ ਕਿਰਪਾ ਤਾਰੀ, ਪ੍ਰਭ ਪੂਰੀ ਲੋਚ ਹਮਾਰੀ। ਮਸੀਤਾਂ ਵਾਲੀ ਠਾੜ ਦੇ ਵਿੱਚ ਕਮਰਾ ਬਣਾਇਆ ਬਾਬਾ ਜੀ ਦਾ। ਉਸ ਕਮਰੇ ਵਿੱਚ ਬਾਬਾ ਜੀ ਆਣ ਕੇ ਬਿਰਾਜਮਾਨ ਹੋਏ। ਮੈਂ ਵੀ ਜਲਦੀ ਜਲਦੀ ਪਹੁੰਚ ਗਿਆ ਮੰਦਰ ਵਾਲੀ ਠਾੜ ਤੋਂ, ਅਤੇ ਬਾਬਾ ਜੀ ਉਸ ਕਮਰੇ 'ਚ ਬਿਰਾਜਮਾਨ ਹੋਏ ਨੇ ਜਿਹੜਾ ਬਣਾਇਆ ਸੀ। ਇੰਨਾ ਕੋਈ ਇਹ ਨਹੀਂ ਕਿ ਬੜਾ ਕੁਝ ਲਾ ਕੇ ਬੜਾ ਵਧੀਆ ਛਪਿਆ, ਆਮ ਕਮਰਿਆਂ ਵਾਂਗੂ ਕਮਰਾ ਸੀ। ਬਾਬਾ ਜੀ ਨੇ ਉਹਦੇ 'ਚ ਆਸਣ ਲਾ ਲਿਆ ਬੈਠ ਕੇ। ਬੜੀ ਦੇਰ ਤੋਂ ਉਡੀਕ ਸੀ ਬਾਬਾ ਜੀ ਇੱਥੇ ਬੈਠਣਗੇ, ਆਣ ਕੇ ਆਰਾਮ ਕਰਨਗੇ। ਬਾਬਾ ਜੀ ਦਾ ਕਮਰਾ ਹੈ, ਬਾਬਾ ਜੀ ਉੱਠਣ ਦਾ ਨਾਂ ਹੀ ਨਾ ਲੈਣ। ਕਹਿੰਦੇ ਕੋਟੀ ਸਿੱਖਾਂ ਤੋਂ ਧੀਰ ਨੂੰ ਬੁਲਾਓ। ਉਹਨਾਂ ਨੇ ਅੱਧਾ ਪੌਣਾ ਘੰਟਾ ਲਾ ਤਾ ਆਉਣ 'ਤੇ, ਇੱਕ ਹੋਰ ਨੂੰ ਫਿਰ ਕਹਿਤਾ ਉਹਨੂੰ ਸੱਦੋ। ਉੱਥੇ ਦੋ ਢਾਈ ਘੰਟੇ ਬਾਬਾ ਜੀ ਆਰਾਮ ਕਰਦੇ ਰਹੇ। ਮਨ ਦੀਆਂ ਇੱਛਾ ਸੀ ਉਹ ਗੁਰੂ ਨੇ ਪੂਰੀਆਂ ਕੀਤੀਆਂ। ਕਿੱਡਾ ਸੌਖਾ ਰਸਤਾ ਹੈ ਗੁਰੂ ਨਾਲ ਜੁੜਨ ਦਾ,
ਗੁਰੂ ਦੀ ਸੇਵਾ ਕਰਨ ਦਾ ਗੁਰੂ ਦੀ ਲੱਖਾਂ ਖੁਸ਼ੀਆਂ ਹੋਈਆਂ ਜੀ ਜਦੋਂ ਨਦਰ ਗੁਰਾਂ ਨੇ ਕੀਤੀ, ਲੱਖਾਂ ਖੁਸ਼ੀਆਂ ਹੋਈਆਂ ਜੀ ਮੇਰੇ ਤੇ ਮਿਹਰ ਗੁਰਾਂ ਨੇ ਕੀਤੀ, ਲੱਖਾਂ ਖੁਸ਼ੀਆਂ ਹੋਈਆਂ ਜੀ ਮਿਹਰ ਦੀ ਕੀਤੀ, ਲੱਖਾਂ ਖੁਸ਼ੀਆਂ ਹੋਈਆਂ ਜੀ ਮੇਰੇ ਤੇ ਮਿਹਰ ਗੁਰਾਂ ਨੇ ਕੀਤੀ, ਲੱਖਾਂ ਖੁਸ਼ੀਆਂ ਹੋਈਆਂ ਜੀ ਜਦੋਂ ਨਦਰ ਗੁਰਾਂ ਨੇ ਕੀਤੀ, ਲੱਖਾਂ ਖੁਸ਼ੀਆਂ ਹੋਈਆਂ ਜੀ ਜਦੋਂ ਨਦਰ ਗੁਰਾਂ ਨੇ ਕੀਤੀ, ਗੁਰੂ ਪੂਰਿਆਂ ਨੇ ਕਿਰਪਾ ਧਾਰੀ ਸਭੇ ਹੋਰ ਪੂਰਿਆਂ, ਗੁਰੂ ਪੂਰਿਆਂ ਨੇ ਕਿਰਪਾ ਧਾਰੀ ਹੋਰ ਚਾ ਸਭੇ ਹੋਰ ਪੂਰਿਆਂ, ਕਿਰਪਾ ਧਾਰੀ ਲੋ ਦਸਬੇ ਹੋਰ ਪੂਰਿਆਂ, ਕਿਰਪਾ ਧਾਰੀ ਤੇ ਲੋਚਾ ਸਭੇ ਹੋਣ ਪੂਰੀਆਂ, ਗੁਰਿਆਂ ਨੇ ਕਿਰਪਾ ਲੋਚਾ ਸਭੇ ਹੋਣ ਪੂਰੀਆਂ, ਆਪ ਵੱਧਦੇ ਹਾਂ ਫਿਰ ਮਨ ਨਹੀਂ ਜੁੜਦੇ, ਦੁਨਿਆਵੀ ਰਸ ਵੱਧਦੇ ਨੇ ਫਿਰ ਇਹ ਰਸ ਨਹੀਂ ਆਉਂਦਾ। ਉਹਨਾਂ ਨੇ ਕਿਹਾ ਇਹ ਰਸ ਛਾਡੇ ਉਹ ਰਸ ਆਵਾਂ, ਉਹ ਰਸ ਪੀਆ ਇਹ ਰਸ ਨਹੀਂ ਪਾਵਾਂ। ਰਸ ਦੁਨਿਆਵੀ ਛੱਡ ਕੇ ਗੁਰੂ ਦਾ ਰਸ ਮਿਲਦਾ, ਜੇ ਗੁਰੂ ਦਾ ਰਸ ਪੀ ਲਈਏ ਫਿਰ ਉਹ ਨਹੀਂ ਚੰਗੇ ਲੱਗਦੇ। ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਣੇ, ਗੁਰੂ ਸਾਹਿਬ ਮਿਹਰ ਕਰਨ ਇਸ ਕਲਯੁਗ ਦੇ ਸਮੇਂ ਦੇ ਵਿੱਚ ਸਿੱਖ ਧਰਮ ਦੇ ਵਿੱਚ ਹੈਗੀ ਗੁਰੂ ਦੀ ਭਗਤੀ ਹੈ, ਗੁਰੂ ਦਾ ਮਾਰਗ ਜੁੜ ਕੇ ਪਾਠ ਕਰੋ ਸੁਖਮਨੀ ਦੇ, ਜੁੜ ਕੇ ਗੁਰੂ ਨਾਲ ਕੀਰਤਨ ਕਰੋ ਧਿਆਨ ਹਿਰਦੇ 'ਚ ਲੈ ਕੇ, ਕੀਰਤਨ ਗੁਰੂ ਸਾਹਿਬ ਨੂੰ ਸੁਣਾਓ। ਦੁਨੀਆ ਦੇ ਖਿਆਲ ਕੱਢ ਦਿਓ, ਬਹੁਤ ਹੀ ਵਾਰੀ ਬੰਦਾ ਦੁਨੀਆ ਦੇ ਖਿਆਲ ਹੀ ਰੱਖਦਾ ਹੈ ਕਿ ਮੇਰੀ ਟਿਊਨ ਬੜੀ ਚੰਗੀ ਲੱਗ ਰਹੀ ਹੈ, ਇਹ ਮੈਂ ਪੜ੍ਹਾਂਗਾ ਤਾਂ ਆਪਣਾ ਇਹਨਾਂ ਨੂੰ ਬੜੀ ਚੰਗੀ ਆਏ ਹੋਏਗੀ, ਬੜੀ ਵਾਹਵਾ ਵਾਹਵਾ ਹੋਏਗੀ, ਪਰ ਗੁਰੂ ਸਾਹਿਬ ਨੂੰ ਚੰਗੀ ਲੱਗੇ, ਗੁਰੂ ਸਾਹਿਬ ਨੂੰ ਹਾਜ਼ਰ ਸਮਝ ਕੇ ਕੀਰਤਨ ਸੁਣਾਓ ਅਤੇ ਗੁਰੂ ਸਾਹਿਬ ਪ੍ਰਵਾਨ ਕਰਦੇ ਨੇ।
ਮਨ ਮੇ ਸਤਿਗੁਰ ਧਿਆਨ ਧਰਾ, ਧਿਆਨ ਧਰ ਕੇ ਚੋੜਾ ਪਵਾਇਆ ਤੇ ਪਾਲਿਆ। ਗੁਰੂ ਸਾਹਿਬ ਫਿਰ ਸੇਵਕ ਉਹ ਨਿਕਟੀ ਹੋਏ ਦਿਖਾਵੇ, ਨੇੜੇ ਹੋ ਕੇ ਫਿਰ ਵਿਸ਼ਵਾਸ ਵੀ ਵਧਾਉਂਦੇ ਆ। ਅੱਗੇ ਥੋੜ੍ਹਾ ਜਿਹਾ ਗਏ ਤੇ ਅੰਬਾਂ ਦੀ ਰੇੜੀ, ਪਰ ਰੁੱਤ ਅੰਬ ਦੀ ਨਹੀਂ, ਰੁੱਤ ਕਰੁੱਤੇ ਅੰਬ ਨੇ, ਕਿਉਂਕਿ ਵਪਾਰ ਚੱਲਦਾ ਸੀ ਇੱਧਰੋਂ ਉੱਧਰੋਂ, ਲਾਹੌਰ ਅੰਮ੍ਰਿਤਸਰ ਸਾਰੇ ਅੰਬ, ਦੂਰ ਦੂਰ ਦੇਸ਼ਾਂ ਜਾਂ ਕਿਸੇ ਦੇਸ਼ ਦੇ ਅੰਬ ਲਾਹੌਰ 'ਚ ਆਏ ਆ, ਬੇਮੌਸਮੀ ਅੰਬ ਨੇ ਅਤੇ ਬੜੇ ਸੋਹਣੇ ਲੱਗਦੇ ਆ। ਕਰੁੱਤੇ ਅੰਬ, ਰੁੱਤ ਵਿੱਚ ਤਾਂ ਅੰਬ ਹੀ ਅੰਬ ਹੁੰਦੇ ਆ, ਇਸ ਰੁੱਤ ਦੇ ਵਿੱਚ ਅੰਬ ਦੇਖਣਾ ਬੜਾ ਅਜੀਬ ਸੀ। ਅੰਬਾਂ ਦੀ ਰੇੜੀ ਦੇ ਨੇੜੇ ਖੜ ਕੇ ਚਲੋ ਅੰਬ ਲੈਣੇ, ਦੋ ਅੰਬ ਗੁਰੂ ਭਾਈ ਜੇਠਾ ਜੀ ਨੇ ਰੇੜੀ ਤੋਂ ਲੈ ਲਏ। ਲੈ ਕੇ ਆਪਣੇ ਚੋਲੇ 'ਚ ਪਾਲੇ ਜਾਂ ਕਿਸੇ ਥੈਲੇ 'ਚ ਪਾਲੇ ਜਾਂ ਲੈ ਲਵੇ, ਲੈ ਲਏ ਉੱਥੋਂ। ਪਰ ਤੁਰ ਕੇ ਆਉਣਾ ਸੀ ਲਾਹੌਰ ਤੋਂ ਅੰਮ੍ਰਿਤਸਰ ਗੋਬਿੰਦਵਾਲ, ਲਾਹੌਰ ਤੋਂ ਗੋਬਿੰਦਵਾਲ ਸਾਹਿਬ ਆਉਣਾ ਸੀ ਤੁਰ ਕੇ, ਸਾਧਨ ਨਹੀਂ ਸੀ। ਉਹ ਜਿਹੜੇ ਬੇਮੌਸਮੀ ਅੰਬ ਨੇ ਉਹ ਨਾਲ ਲੈ ਲਏ ਦੋ, ਭਾਈ ਜੇਠਾ ਜੀ ਨੇ ਵੀ ਲਾਹੌਰੋਂ, ਉਸ ਸਮੇਂ ਬੜਾ ਮੇਨ ਸ਼ਹਿਰ ਸੀ ਲਾਹੌਰ ਇਸ ਸਾਰੇ ਇਲਾਕੇ ਦਾ, ਭਾਵੇਂ ਪੰਜਾਬ ਸੀ ਭਾਵੇਂ ਕੁਛ ਸੀ, ਇਕੱਠਾ ਹੀ ਸੀ। ਜਦੋਂ ਲੈ ਕੇ ਆ ਰਹੇ ਨੇ, ਗਰਮੀ ਦੀ ਵਜ੍ਹਾ ਨਾਲ ਅੰਬ ਜਿਹੜੇ ਆ ਨਾ ਢਿੱਲੇ ਪੈ ਗਏ। ਫਿਰ ਕੀ ਵੇਖਿਆ ਕਿ ਹੁਣ ਅੰਬਾਂ ਦਾ ਰਸ ਨਿਕਲ ਜਾਣਾ, ਇਹ ਅੰਬ ਗੁਰੂ ਅਮਰਦਾਸ ਕੋਲ ਕਿਵੇਂ ਪਹੁੰਚਣਗੇ? ਪਰ ਛਕਾਉਣੇ ਗੁਰੂ ਅਮਰਦਾਸ ਜੀ ਨੂੰ, ਪਤਾ ਹੈ ਮੇਰੇ ਗੁਰੂ ਹਰ ਥਾਂ ਹੀ ਹਾਜ਼ਰ ਨੇ, ਗੁਰੂ ਹਰ ਥਾਂ 'ਤੇ ਹੀ ਹਾਜ਼ਰ ਨੇ। ਗੁਰੂ ਤਾਂ ਸਿੱਖ ਦੇ ਤਨ ਵਿੱਚ ਵੀ ਤਨ ਧਾਰ ਲੈਂਦੇ ਆ, ਸੇਵਕ ਦੀ ਰਸਨਾ 'ਤੇ ਵੀ ਆਪਣੀ ਰਸਨਾ ਬਿਠਾ ਦਿੰਦੇ ਆ। ਸੇਵਕ ਦੇ ਵਿੱਚ ਵੀ ਵਾਸਾ ਕਰ ਲੈਂਦੇ ਆ, ਸਿੱਖ ਵਿੱਚ ਵੀ ਵਾਸਾ ਕਰ ਲੈਂਦੇ ਆ। ਅੰਬ ਹੁਣ ਰਸ ਉਹਨਾਂ ਦਾ ਥੋੜ੍ਹਾ ਜਿਹਾ ਚੋਣ ਲੱਗਿਆ ਭਾਗੇ ਵੀ ਇਹ ਗੋਬਿੰਦਵਾਲ ਨਹੀਂ ਪਹੁੰਚ ਸਕਦੇ। ਅੰਬ ਲਿਆ, ਧਿਆਨ ਗੁਰੂ ਅਮਰਦਾਸ ਦਾ ਧਰਿਆ ਕਿ ਮਹਾਰਾਜ ਛਕਲੋ, ਛਕਲੇ ਆਪ ਅਤੇ ਅੰਬ ਛਕ ਕੇ ਜਿਹੜੀ ਉਹਦੀ ਗਿਟਕ ਸੀ ਉਹ ਸਿੜ ਦਿੱਤੀ। ਇੱਧਰ ਗੁਰੂ ਅਮਰਦਾਸ ਗੋਬਿੰਦਵਾਲ ਅੰਬ ਝੂਪੜੇ ਹਨ, ਫਿਰ ਦੂਸਰਾ
ਅੰਬ ਗੁਰੂ ਅਮਰਦਾਸ ਨੇ ਚੂਪਿਆ। ਇੱਧਰ ਸ਼ੱਕ ਭਾਈ ਜੇਠਾ ਜੀ ਰਹੇ ਨੇ ਰਾਹ ਵਿੱਚ, ਇਹ ਦੋਨੇ ਦੇ ਦੋਨੇ ਗਿਟਕਾ ਗੁਰੂ ਸਾਹਿਬ ਨੇ ਆਪਣੇ ਹਜ਼ੂਰੀ ਸਿੱਖ ਨੂੰ, ਜਿਹੜਾ ਸੇਵਾ ਕਰਦਾ ਸੀ ਮਹਾਰਾਜ ਦੀ ਹਜ਼ੂਰੀ, ਦੋਨੇ ਗਿਟਕਾ ਦੇ ਦੀਆਂ ਵੀ ਇਹ ਰਾਖੜਾ ਜੇਠੇ ਨੂੰ ਦਿਖਾਉਣੀ ਹੈ। ਆਖੋ ਸੀ ਸ਼੍ਰੀ ਵਾਹ, ਇਹ ਸਾਨੂੰ ਅੰਬ ਜਿਹੜੇ ਆ ਜੇਠੇ ਨੇ ਖਵਾਏ ਜੀ, ਕਿੱਥੇ ਜੇਠਾ, ਅੰਬ ਕਿਵੇਂ ਆ ਗਏ, ਜੇਠਾ ਆਇਆ ਨਹੀਂ। ਅਤੇ ਗੁਰੂ ਅਮਰਦਾਸ ਕਹਿੰਦੇ ਉਹਦੇ ਭਾਵਨਾ ਦੇ ਅੰਬ ਪਹੁੰਚ ਗਏ ਨੇ। ਆਖੋ ਸ੍ਰੀ ਵਾਹ। ਇਹੀ ਬਾਬਾ ਜੀ ਨੇ ਕਿਹਾ ਵੀ ਤੂੰ ਭਾਵਨਾ ਦੇ ਨਾਲ ਗੁਰੂ ਸਾਹਿਬ ਨੂੰ ਪ੍ਰਸ਼ਾਦ ਸਜਾ ਕੇ ਅਤੇ ਬੇਨਤੀ ਕਰ ਕਿ ਹੁਣ ਲਾਭ ਭੋਗ ਗੁਰੂ ਨਾਨਕ ਜੀ ਪ੍ਰਸ਼ਾਦ ਛਕੋ, ਹੁਣ ਲਾਭ ਭੋਗ ਹਰ ਰਾਏ, ਮਨ ਜੋੜ ਗੁਰੂ ਦੇ ਚਰਨਾਂ 'ਚ, ਧਿਆਨ ਗੁਰੂ ਨਾਨਕ ਦਾ, ਗੁਰ ਕਾ ਸ਼ਬਦ ਮੰਤਰ ਮਨ ਮਾਣ, ਧਿਆਨ ਗੁਰੂ ਨਾਨਕ ਦਾ, ਨਾਲ ਸ਼ਬਦ ਪੜ੍ਹੋ, ਨਾਲ ਵਾਹਿਗੁਰੂ ਵਾਹਿਗੁਰੂ ਜਪੋ, ਨਾਲ ਮੂਲ ਮੰਤਰ ਕਰੋ, ਨਾਲ ਧਿਆਨ ਗੁਰੂ ਦਾ ਧਰੋ। ਰਾਹ ਵਿੱਚ ਹੀ ਗੁਰੂ ਅਮਰਦਾਸ ਨੇ ਅੰਬ ਪ੍ਰਵਾਨ ਕਰ ਲਏ। ਜੇਠਾ ਜੀ ਨੇ ਖਾ ਕੇ ਦੋਨੋਂ ਅੰਬਾਂ ਦੀਆਂ ਗਿਟਕਾਂ ਸਿੱਟਤੀਆਂ ਵੀ ਬੜੇ ਰਸ ਵਾਲੇ ਆ, ਬੜੇ ਗੁਰੂ ਸਾਹਿਬ ਨੂੰ ਮਿੱਠੇ ਲੱਗਦੇ ਹੋਣਗੇ। ਕੈਸੀ ਆ ਵੀ ਭਾਵਨਾ, ਚਲੋ ਭਾਵਨਾ ਦੇ ਵਿੱਚੋਂ ਸੇਵਕ ਦਾ ਪ੍ਰਸ਼ਾਦ, ਰੁੱਖਾ ਮਿੱਸਾ ਜਿਹੋ ਜਿਹਾ ਵੀ ਇਹ ਪ੍ਰਵਾਨ ਕਰਦੇ ਹਾਂ, ਪਦਾਰਥ ਨੂੰ ਪ੍ਰਵਾਨ ਕਰਦੇ ਨੇ। ਪੜ੍ਹ ਲਓ ਪਿਆਰ ਦੇ ਵਿੱਚ ਸ਼ਬਦ, ਹੁਣ ਲਾਭ ਭੋਗ ਗੁਰੂ ਨਾਨਕ ਜੀ, ਹੁਣ ਲਾਭ ਭੋਗ ਗੁਰੂ ਨਾਨਕ ਜੀ, ਹੁਣ ਲਾਭ ਭੋਗ ਗੁਰੂ ਨਾਨਕ ਜੀ। ਗੁਰੂ ਨਾਨਕ ਜੀ, ਹੁਣ ਲਾਭ ਭੋਗ।
ਰਿੱਧੀ ਸਿੱਧੀ ਕੀ ਚੀਜ਼ ਹੁੰਦੀ ਹੈ? ਰਿੱਧੀ ਸਿੱਧੀ ਕੀ ਹੁੰਦੀ ਹੈ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੇ ਬਾਬਾ ਜੀ ਨੇ ਆਖਿਆ, ਭਾਈ ਘਰ ਚ ਵਸਤੂ ਰਿੱਧੀ ਅਤੇ ਗੁਰੂ ਨਾਨਕ ਦੇ ਘਰ ਆ ਗਈ ਸਿੱਧੀ। ਹਰ ਕੋਈ ਡੇਰਾ ਆਪਣਾ ਬਣਾਉਂਦਾ ਹੈ ਕਿ ਮੇਰਾ ਡੇਰਾ। ਇੱਕ ਸੰਤ ਨੇ ਹਰ ਸ਼ਹਿਰ 'ਚ ਡੇਰਾ ਬਣਾਇਆ, ਹਿੰਦੂ ਧਰਮ ਦੇ, ਸਨਾਤਨ ਧਰਮ ਦੇ ਜਿਹੜੇ ਸੰਤ ਨੇ ਉਹ ਆਪਦੇ ਨਾਂ 'ਤੇ ਹੀ ਡੇਰਾ ਬਣਾਉਂਦੇ ਆ। ਦੀਨ ਦਿਆਲ ਸੀ, ਉਹਨਾਂ ਨੇ ਆਪਦੇ ਨਾਂ 'ਤੇ ਦੀਨ ਦਿਆਲ ਆਸ਼ਰਮ ਬਣਾਏ। ਆਸਾ ਰਾਮ ਸੀ, ਉਹਨਾਂ ਆਪਦੇ ਨਾਂ 'ਤੇ ਆਸਾ ਰਾਮ ਦੇ ਨਾਂ 'ਤੇ ਆਸ਼ਰਮ ਬਣਾਏ। ਸਾਰੇ ਆਪੋ ਆਪਣੇ ਨਾਮ ਦੇ ਉੱਤੇ ਆਸ਼ਰਮ ਬਣਾਉਂਦੇ, ਡੇਰੇ ਬਣਾਉਂਦੇ। ਬਾਬਾ ਜੀ ਨੇ ਸਾਰੀ ਉਮਰ ਕੋਈ ਬਣਾਇਆ ਨਹੀਂ, ਜੇ ਬਣਾਇਆ ਤਾਂ ਗੁਰੂ ਨਾਨਕ ਦਾ ਘਰ ਬਣਾਇਆ। ਇਕੱਲਾ ਬਣਾਇਆ ਨਹੀਂ, ਗੁਰੂ ਨਾਨਕ ਨੂੰ ਵਿੱਚ ਬਿਠਾਇਆ। ਰੋਜ਼ ਪ੍ਰਸ਼ਾਦਾ ਛਕਾਉਂਦੇ ਆ, ਰੋਜ਼ ਦੁੱਧ ਪਿਆਉਂਦੇ ਆ, ਗੁਰੂ ਸਾਹਿਬ ਦੀ ਸੇਵਾ ਕਰਦੇ ਆ। ਗੁਰੂ ਸਾਹਿਬ ਅੰਗ ਸੰਗ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਨਾਨਕ ਹੈ। ਇਹ ਸਾਨੂੰ ਮਾਰਗ ਦੱਸਿਆ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਐਵੇਂ ਰਜਾ ਲਵੋ, ਮਨ ਜੋੜ ਲਓ, ਕੋਈ ਵੀ ਪ੍ਰਸ਼ਾਦ ਤਿਆਰ ਕਰੋ, ਬਣਾਓ, ਉਹ ਗੁਰੂ ਦੇ ਮੁੱਖ 'ਚ ਪਵੇ। ਸਾਧ ਸੰਗਤ ਛਕੇਗੀ, ਗੁਰੂ ਦੇ ਮੁੱਖ 'ਚ ਪਏਗਾ। ਅਸੀਂ ਉੱਥੋਂ ਚੱਲਣ ਲੱਗੇ ਸ਼ਾਮੀ, ਅਤੇ ਫਿਰ ਲੰਗਰ 'ਚ ਚਲੇ ਗਏ। ਲੰਗਰ ਜਾ ਕੇ ਮੈਂ ਕਿਹਾ ਵੀ ਨਾਨਕਸਰ ਜਾਣਾ ਹੈ, ਚਲੋ ਮਿੱਠੇ ਚੌਲ ਬਣਾ ਲਈਏ ਸੰਗਤ ਵਾਸਤੇ, ਗੁੜ ਵਾਲੇ, ਫਿਰ ਤੁਹਾਡੇ ਵਾਸਤੇ ਬਣਾ ਕੇ ਲਿਆਏ ਅਸੀਂ ਉੱਥੋਂ ਵਾਸਤੇ ਵੀ ਸਵੇਰੇ ਸੰਗਤ ਪਾਠ ਕਰਕੇ ਹਟੇਗੀ। ਦੋ ਕੜਾਹਿਆਂ ਵਿੱਚ ਸਟੀਮ ਤਾਂ ਹੈਗਾ ਸਾਰਾ ਉੱਥੇ, ਇੱਕ ਕੜਾਹੇ ਦੇ ਵਿੱਚ ਕੱਦੂਆਂ ਦੀ ਖੀਰ ਬਣਾ ਤੀ ਵੀ ਇੱਥੇ ਗੁਰੂ ਸਾਹਿਬ ਨੂੰ ਸਵੇਰੇ ਭੋਗ ਲੱਗੇਗਾ, ਅਤੇ ਨਾਲ ਸੁਖਮਣੀ ਵਾਲੀ ਸਾਰੀ ਸੰਗਤ ਛਕੇਗੀ। ਸਾਡਾ ਤਾਂ ਗੁਰੂ ਨਾਨਕ ਹੁਣ ਇੱਧਰ ਵੱਸਦਾ ਹੈ ਸੰਗਤਾਂ ਵਿੱਚ ਹੀ। ਉਹਨਾਂ ਨੇ ਕਿਹਾ ਸੀ, ਤੇਰਾ ਜੋੜੀਆ ਬਣਾਉਣ ਵਾਲਾ
ਕਿੱਥੇ ਰਹਿੰਦਾ ਤਾਰਾ ਰਾਣੀ ਪੜ੍ਹਿਓ ਤੇਰਾ ਜੋੜੀਆਂ ਬਣਾ ਬਣਾ ਕਿੱਥੇ ਰਹਿੰਦਾ ਤਾਰਾ ਰਾਣੀ ਤੇਰਾ ਜੋੜੀ ਜੋੜੀਆਂ ਬਣਾ ਬਣਵਾ ਤੇਰੇ ਜਾਂਦਾ
ਜਣਾ ਮਿਲ ਹੱਥ ਸੁਕਾਇਓ ਸੰਤ ਜਣਾ ਮਿਲ ਹੱਥ ਸੁਕਾਇਓ ਸੰਤ ਜਣਾ ਮਿਲ ਮਿਲ ਹਰ ਜਸ ਗਾਇਓ ਸੰਤ ਜਣਾ ਹਰ ਜਸ ਗਾਇਓ ਸੰਤ ਜਣਾ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਹੱਕ ਦਸਰਾਜ ਦੇ ਦਾਈ ਦਇਆ ਖੇਲੇ ਸਭ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹੰਦੂ ਜੀ ਕਰਮੀ ਆਪੋ ਆਪਣੀ ਸ੍ਰੀ ਵਾਹਿਗੁਰੂ ਜੀ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸੋਰਠ ਮਹੱਲਾ ਪੰਜਵਾ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਲੀ ਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਾਲੀ ਸਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣਦਿਨ ਸੁਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ